ਜ਼ਰੂਰੀ ਹੈ ਕਿ ਅਸੀਂ ਇਸ ਸ਼ੋਅ ਨੂੰ ਸੁਣਨ ਵਾਲਿਆਂ ਨੂੰ ਬਿਲਕੁਲ ਕਰੈਕਟ ਔਰ ਅਥੈਂਟਿਕ ਇਨਫੋਰਮੇਸ਼ਨ ਦਈਏ, ਭਾਵੇਂ ਸਟੱਡੀ ਵੀਜ਼ਾ ਲਈ ਹੈ, ਭਾਵੇਂ ਆਰਟਸ ਦੀ ਐਜੂਕੇਸ਼ਨ ਦੇ ਲਈ ਹੈ। ਔਰ ਹਰ ਵਾਰ ਸਾਡੇ ਨਾਲ ਮੰਨੇ ਪ੍ਰਮੰਨੇ ਐਕਸਪਰਟ ਮੌਜੂਦ ਰਹਿੰਦੇ ਨੇ। ਅੱਜ ਇੱਕ ਵਾਰ ਫਿਰ ਸਾਡੇ ਨਾਲ ਆਰਐਸ ਗਲੋਬਲ ਦੇ ਚੀਫ ਸੁਖਚੈਨ ਸਿੰਘ ਰਾਹੀ ਜੀ, ਜਿਨ੍ਹਾਂ ਨੇ ਇੱਕ ਨਵਾਂ ਵੈਂਚਰ ਸਟਾਰਟ ਕੀਤਾ, ਖਾਸ ਤੌਰ 'ਤੇ ਉਹਨਾਂ ਸਟੂਡੈਂਟਸ ਲਈ ਜਿਨ੍ਹਾਂ ਦੇ ਲਈ ਆਰਟਸ ਦੇ ਵਿੱਚ ਚੰਗੇ ਸਕੋਰ ਹਾਸਲ ਕਰਨਾ ਵੀ ਇੱਕ ਬਹੁਤ ਵੱਡੀ ਚੁਣੌਤੀ ਹੈ। ਸੋ ਨਾਮ ਹੈ ਆਰਐਸ ਗਲੋਬਲ ਸਕੂਲ ਆਫ ਲੈਂਗੁਏਜਸ, ਉਹਦੇ ਵੀ MD ਨੇ ਸੁਖਚੈਨ ਸਿੰਘ ਰਾਹੀ ਜੀ। ਰਾਹੀ ਸਾਹਿਬ ਬਹੁਤ ਬਹੁਤ ਸਵਾਗਤ। ਥੈਂਕ ਯੂ ਡੱਲਾ ਸਾਹਿਬ, ਪ੍ਰੋਗਰਾਮ ਦੇਖ ਰਹੇ ਮੇਰੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਅਤੇ ਮੇਰੀ ਸਮੁੱਚੀ ਟੀਮ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪਹਿਲਾਂ ਹੀ ਮਾਫ਼ੀ ਮੰਗ ਲੈਣਾ, ਅੱਜ ਥੋੜ੍ਹੀ ਸਿਹਤ ਠੀਕ ਨਾ ਹੋਣ ਕਰਕੇ ਆਵਾਜ਼ ਪੂਰਾ ਸਾਫ਼ ਨਹੀਂ ਦੇ ਰਹੀ, ਬਟ ਫਿਰ ਵੀ ਤੁਹਾਡੇ ਰੂਬਰੂ ਹੋਣਾ, ਗੱਲਾਂ ਕਰਨੀਆਂ ਜ਼ਰੂਰੀ ਸੀ। ਸੋ ਉਹਦੇ ਨਾਲ ਜਿਹੜੇ ਅੱਜ ਨਵੇਂ ਟੋਪਿਕ ਨੂੰ ਛੂਹ ਰਹੇ ਹਾਂ, ਇੱਕ ਤਾਂ ਹੈ ਆਰਐਸ ਗਲੋਬਲ ਸਕੂਲ ਆਫ ਲੈਂਗੁਏਜ ਦੀ ਓਪਨਿੰਗ, ਜੋ ਕਿ ਸੈਟਰਡੇ ਵਾਲੇ ਦਿਨ ਹੈ 7 April ਨੂੰ। ਸੋ ਕੋਈ ਵੀ ਪੰਜਾਬ ਜਾਂ ਗੁਆਂਢੀ ਸੂਬੇ ਦਾ ਬੱਚਾ ਜਿਹੜਾ ਆਇਲਸ ਤੋਂ ਡਰਦਾ ਹੈ, ਜਾਂ ਜਿਹੜਾ 2 ਵਾਰ 3 ਵਾਰ 4 ਵਾਰ ਅਟੈਂਪਟ ਕਰਨ ਦੇ ਬਾਵਜੂਦ ਵੀ ਆਇਲਸ ਵਿੱਚ ਰਿਕੁਆਇਰਡ ਬੈਂਡ ਜਿਹੜੇ ਕਿ 6 ਜਾਂ 6.5 ਨਹੀਂ ਲੈ ਪਾ ਰਿਹਾ, ਬਾਰ ਬਾਰ 4.5 'ਤੇ ਅੜਿਆ ਹੈ, ਸੋ ਉਹਦੇ ਲਈ ਸਪੈਸ਼ਲ ਕੋਚਿੰਗ ਦਾ ਪ੍ਰਬੰਧ ਹੈ, ਦੂਰੋਂ ਨੇੜੇ ਆਨਲਾਈਨ ਦੀ PG ਫੈਸਿਲਿਟੀ ਦਾ ਪ੍ਰਬੰਧ ਹੈ। ਜਿਹੜੇ ਅਰਲੀ ਮੋਰਨਿੰਗ ਅਤੇ ਲੇਟ ਈਵਨਿੰਗ ਕਲਾਸ, ਜਿਹੜੇ ਵਰਕਿੰਗ ਪ੍ਰੋਫਾਈਲ ਵਾਲੇ ਲੋਕ ਨੇ, PR ਕੈਟਾਗਰੀ ਲਈ ਆਇਲਸ ਕਰਨਾ ਚਾਹੁੰਦੇ ਬਟ ਟਾਈਮ ਨਹੀਂ ਹੈਗਾ ਕੋਚਿੰਗ ਲੈਣ ਲਈ, ਸਵੇਰੇ 6 ਵਜੇ ਤੋਂ ਲੈ ਕੇ ਰਾਤ ਨੂੰ 10 ਵਜੇ ਤੱਕ ਕਲਾਸਾਂ ਲਗਾਈਆਂ ਜਾਣਗੀਆਂ। ਸੋ ਅਰਲੀ ਮੋਰਨਿੰਗ ਲੇਟ ਈਵਨਿੰਗ ਬੈਚ ਅਵੇਲੇਬਲ ਹੋਏਗਾ। ਸੋ ਸਿਰਫ ਅਤੇ ਸਿਰਫ 999 ਰੁਪਏ। ਹਰ ਕੋਈ ਬੰਦਾ ਸ਼ਾਇਦ ਹੈਰਾਨ ਹੁੰਦਾ, ਕਹਿੰਦੇ ਘੱਟ ਪੈਸਿਆਂ 'ਚ ਆਇਲਸ ਕਿਵੇਂ ਕਰੇ ਜਾਣਗੇ? ਬਿਲਕੁਲ, ਸਵਾਲ ਮੈਂ ਤੁਹਾਨੂੰ ਟੋਕ ਕੇ ਕਰਨ ਲੱਗੂੰਗਾ ਰਾਈ ਸਾਹਿਬ, 999 ਰੁਪਏ ਦੇ ਵਿੱਚ ਕਿਵੇਂ ਸੰਭਵ ਹੈ ਆਇਲਸ? ਇਹ ਸਵਾਲ ਜ਼ਰੂਰ ਬਣਦਾ। ਦੇਖੋ ਡੱਲਾ ਸਾਹਿਬ, ਮੇਰੇ ਖਿਆਲ ਦੇ ਨਾਲ ਪੜ੍ਹਾਈ ਦਾ ਬਾਜ਼ਾਰੀਕਰਨ ਨਹੀਂ ਹੋਣਾ ਚਾਹੀਦਾ, ਬਾਜ਼ਾਰੀਕਰਨ ਆਲਰੇਡੀ, ਜੇ ਮੈਂ ਪ੍ਰੋਫੈਸ਼ਨਲੀ ਗੱਲ ਕਰਾਂ ਤਾਂ 12 ਸਾਲਾਂ ਤੋਂ ਆਰਐਸ ਗਲੋਬਲ ਐਜੂਕੇਸ਼ਨ ਜੋ ਲੋਕਾਂ ਦੀ ਸੇਵਾ ਕਰ ਰਹੀ, ਹੁਣ ਤੱਕ ਹਜ਼ਾਰਾਂ ਹੀ ਵਿਦਿਆਰਥੀਆਂ ਨੂੰ ਸਟੂਡੈਂਟ 'ਤੇ ਜਾਂ PR 'ਤੇ ਬਾਹਰ ਭੇਜ ਦਿੱਤਾ, ਪੈਸੇ ਲਏ, ਫੀਸਾਂ ਲਈਆਂ ਪੜੀਆਂ, ਚੰਗਾ ਪੈਸਾ, ਚੰਗੀ ਰੋਜ਼ੀ ਰੋਟੀ ਆਪਾਂ ਇਸ ਬਿਜ਼ਨਸ ਤੋਂ ਕਮਾ ਰਹੇ ਹਾਂ। ਪਰ ਉਹ ਨੇ ਵਿਦਿਆਰਥੀ ਜਿਹਨਾਂ ਲਈ ਐਟਲੀਸਟ ਜੇ ਆਪਾਂ ਦਸਵੰਧ ਕੱਢਦੇ ਹਾਂ ਤਾਂ ਸੋਸ਼ਲ ਕੌਜ਼ ਲਈ ਵੀ ਕੁਛ ਕਰਨਾ ਚਾਹੀਦਾ। ਸੋ ਮੇਰੀ ਟੀਮ ਨੇ ਤਾਂ ਮੇਰੇ ਦਿਮਾਗ 'ਚ ਇਹ ਜ਼ਹਿਨ 'ਚ ਆਇਆ ਕਿ ਆਪਾਂ ਦਸਵੰਧ ਕੱਢ ਕੇ ਆਪਾਂ ਹੋਰਨਾਂ ਥਾਵਾਂ 'ਤੇ ਡੋਨੇਟ ਕਰਨ ਦੀ ਬਜਾਏ ਕਿ ਉਹਨੂੰ ਆਪਣਾ ਆਇਲਸ ਸੈਂਟਰ ਖੋਲ੍ਹ ਕੇ ਬੱਚੇ ਨੂੰ ਫ੍ਰੀ ਪੜ੍ਹਾ ਤਾ ਜਾਵੇ। ਪਰ ਜਦੋਂ ਫ੍ਰੀ ਪੜ੍ਹਾਉਣ ਦੀ ਗੱਲ ਆਈ, ਉਹਨੂੰ ਫਿਰ ਇਹ ਵੀ ਗੱਲ ਉੱਭਰ ਕੇ ਬਾਹਰ ਆਈ ਕਿ ਫ੍ਰੀ ਵਿੱਚ ਪੜ੍ਹਾਈ ਬੱਚੇ ਨੂੰ ਪਚਦੀ ਨਹੀਂ, ਹਜ਼ਮ ਨਹੀਂ ਹੁੰਦੀ। ਸੋ ਕੁਛ ਨਾ ਕੁਛ ਇੱਕ ਨੋਮੀਨਲ ਦੀ ਫੀਸ ਜਿਹੜੀ ਕਿ ਸਿਰਫ 999 ਰੁਪਏ ਰੱਖੀ ਗਈ ਹੈ, ਸੋ ਸਿਰਫ ਤੁਸੀਂ ਇਹਨਾਂ ਦੇ 999 ਰੁਪਏ ਪੇ ਕਰਕੇ ਮੰਥਲੀ ਫੀਸ ਦੇ ਬੇਸਿਸ 'ਤੇ ਆਇਲਸ, PT, ਸਪੋਕਨ ਦੀਆਂ ਕਲਾਸਾਂ ਲੈ ਸਕਦੇ ਹੋ। ਓਲਡ ਜਿਹੜੀ ਐਜੂਕੇਸ਼ਨ ਹੈ ਉਹ ਵੈਲ ਟ੍ਰੇਨਡ IDP ਬ੍ਰਿਟਿਸ਼ ਕੌਂਸਲ ਤੋਂ ਟ੍ਰੇਨ ਟ੍ਰੇਨਰਸ ਨੇ, ਹਾਈਟੈਕ ਅਲਟਰਾ ਮਾਡਰਨ ਕਲਾਸਰੂਮਸ, PT ਲੈਬਸ ਅਵੇਲੇਬਲ ਆ, ਔਰ ਬੱਚੇ ਨੂੰ ਇਹੋ ਜਿਹਾ ਇਨਵਾਇਰਮੈਂਟ ਮੇਰੇ ਖਿਆਲ ਦੇ ਨਾਲ ਪੰਜਾਬ ਦੇ ਵਿੱਚ ਕਿਸੇ ਆਇਲਸ ਇੰਸਟੀਚਿਊਟ 'ਚ ਨਹੀਂ ਮਿਲੇਗਾ। ਕਿਉਂਕਿ ਡੱਲਾ ਸਾਹਿਬ, ਮੈਂ ਸਿਰਫ ਇਹਦੇ ਇੱਕ ਆਇਲਸ ਸੈਂਟਰ ਹੀ ਨਹੀਂ ਬਣਾਉਣਾ ਚਾਹੁੰਦਾ, ਮੈਂ ਲੇਟਰ ਆਉਣ ਇਹਦੇ ਵਿੱਚ ਜੈਪਨੀਜ਼, ਫਰੈਂਚ, ਸਪੈਨਿਸ਼, ਬਾਕੀ ਲੈਂਗੁਏਜ ਨੂੰ ਵੀ ਆਪਾਂ ਐਡ ਆਨ ਕਰਨਾ ਚਾਹੁੰਦੇ ਹਾਂ, ਤਾਂ ਕਿ ਇਸੇ ਸੈਂਟਰ 'ਚ ਬੈਠ ਕੇ ਸਿਰਫ ਅੰਗਰੇਜ਼ੀ ਹੀ ਨਹੀਂ ਹੋਰਨਾਂ ਭਾਸ਼ਾਵਾਂ ਦੇ ਲਈ ਗਿਆਨ ਪ੍ਰਾਪਤ ਕੀਤਾ ਜਾ ਸਕੇ। ਬਿਲਕੁਲ, ਸੋ ਇਹ ਬੜੀ ਵੱਡੀ ਗੱਲ ਤੁਸੀਂ ਦੱਸੀ ਕਿ ਹੋਰ ਲੈਂਗੁਏਜਸ ਵੀ ਤੁਸੀਂ ਇੰਟਰੋਡਿਊਸ ਕਰੋਗੇ। ਰਾਈ ਸਾਹਿਬ, ਆਇਲਸ ਸੈਂਟਰ ਤੁਸੀਂ ਬਣਾ ਰਹੇ ਹੋ, ਬਹੁਤ ਘੱਟ ਤੁਸੀਂ ਫੀਸ ਰੱਖੀ ਹੈ 999 ਰੁਪਏ, ਇਹਦੇ ਨਾਲ ਨਾਲ ਅੱਜ ਮੈਂ ਇੱਕ ਅਜਿਹਾ ਸਬਜੈਕਟ ਚੁਣਨਾ ਚਾਹੁੰਦਾ, ਬਹੁਤ ਸਾਰੇ ਸਾਡੇ ਸਟੂਡੈਂਟਸ ਨੇ ਜਿਨ੍ਹਾਂ ਕੋਲੋਂ ਆਇਲਸ ਕਲੀਅਰ ਨਹੀਂ ਹੁੰਦਾ, ਆਇਲਸ ਤਮਾਮ ਕੋਸ਼ਿਸ਼ ਦੇ ਬਾਵਜੂਦ ਵੀ ਉਹ ਪਾਸ ਨਹੀਂ ਕਰ ਪਾਉਂਦੇ। ਦੂਸਰਾ, ਜਾਂ ਉਹਨਾਂ ਨੇ 10+2 ਕੀਤੀ ਹੈ ਜਾਂ 10th ਕੀਤੀ ਹੈ, ਉਹਨਾਂ ਦਾ ਗੈਪ ਬਹੁਤ ਜ਼ਿਆਦਾ ਹੋ ਗਿਆ ਅਤੇ ਵਿਦੇਸ਼ ਜਾਣ ਦਾ ਸੁਪਨਾ ਉਹਨਾਂ ਦਾ ਪੜ੍ਹਾਈ ਦੇ ਤੌਰ ਦੇ ਉੱਤੇ ਖਤਮ ਹੋ ਗਿਆ। ਕੋਈ ਉਹਨਾਂ ਲਈ ਅਜਿਹੀਆਂ ਕੰਟਰੀਜ਼ ਹੈ ਜਿੱਥੇ ਬਿਨਾਂ ਆਇਲਸ ਤੋਂ ਉਹਨਾਂ ਨੂੰ ਜਾਂ ਐਜੂਕੇਸ਼ਨ ਮਿਲੇ ਜਾਂ ਕੋਈ ਸੈਲਫ ਇੰਪਲਾਇਮੈਂਟ ਨਾਲ ਜੁੜਿਆ ਹੋਇਆ ਕੋਰਸ? ਮੈਂ ਇਹਦੇ ਉੱਪਰ ਮੈਂ ਚਾਹੁੰਦਾ ਕਿ ਤੁਸੀਂ ਇਹਨਾਂ ਕੰਟਰੀਜ਼ 'ਤੇ ਅੱਜ ਤੁਸੀਂ ਫੋਕਸ ਕਰੋ। ਮੈਂ ਤੁਹਾਡਾ ਪੁਆਇੰਟ ਸਮਝ ਗਿਆ ਡੱਲਾ ਸਾਹਿਬ, ਤੁਹਾਡੇ ਵਾਲਾ ਹੀ ਸਵਾਲ ਮੇਰੇ ਜ਼ਹਿਨ 'ਚ ਵੀ ਸੀਗਾ, ਕਿਉਂਕਿ ਹਰ ਵਾਰ ਅਸੀਂ ਇਸ ਮੰਚ ਦੇ ਉੱਤੇ ਲਗਭਗ 30 ਕੰਟਰੀਜ਼ ਨੂੰ ਜੋ ਰਿਪ੍ਰੈਜੈਂਟ ਕਰਦੇ ਹਾਂ, ਚਾਹੇ ਆਸਟ੍ਰੇਲੀਆ ਹੈ, ਚਾਹੇ ਕੈਨੇਡਾ ਹੈ, ਚਾਹੇ ਨਿਊਜ਼ੀਲੈਂਡ ਹੈ, ਚਾਹੇ UK ਹੈ, ਚਾਹੇ USA ਹੈ, ਚਾਹੇ ਯੂਰਪ ਆ, ਅਲੱਗ ਅਲੱਗ ਮੁਲਕਾਂ ਦੀ ਗੱਲ ਤਾਂ ਕਰੀਦੀ, ਬਟ ਬਹੁਤ ਵੱਡੀ ਲੌਬੀ ਪੰਜਾਬ 'ਚ ਮੇਰੇ ਖਿਆਲ ਨਾਲ 100 ਪਿੱਛੇ 65% ਤੋਂ ਲੈ ਕੇ 70% ਲੌਬੀ ਇਹੋ ਜਿਹੀ ਹੈ ਜਿਨ੍ਹਾਂ ਦੀ ਪੜ੍ਹਾਈ 'ਚ ਗੈਪ ਪੈ ਗਿਆ, ਜਾਂ ਜਿਹੜੇ ਆਇਲਸ ਨਹੀਂ ਕਰ ਸਕਦੇ। ਜਿਹੜੇ ਬੱਚੇ ਆਇਲਸ ਨਹੀਂ ਕਰ ਸਕਦੇ, ਪਹਿਲੀ ਗੱਲ ਤਾਂ ਮੈਂ ਦਿਮਾਗ 'ਚੋਂ, ਜ਼ਹਿਨ 'ਚੋਂ ਭੂਤ ਕੱਢਦੇ ਹਾਂ, ਆਇਲਸ ਨਹੀਂ ਕਰਨਾ ਚਾਹੁੰਦੇ, ਜਾਂ ਦਿਮਾਗ 'ਚ ਡਰ ਆ ਮੈਂ ਆਇਲਸ ਨਹੀਂ ਕਰ ਸਕਦਾ, ਆਰਐਸ ਗਲੋਬਲ ਸਕੂਲ ਆਫ ਲੈਂਗੁਏਜ ਤੁਹਾਡੇ ਲਈ ਲੈ ਕੇ ਆਇਆ ਸਪੈਸ਼ਲ ਕੋਚਿੰਗ, ਸਪੈਸ਼ਲ ਅਟੈਂਸ਼ਨ ਉਹਨਾਂ ਵਿਦਿਆਰਥੀ ਨੇ ਜਿਹੜੇ ਸਰਕਾਰੀ ਸਕੂਲਾਂ ਤੋਂ ਪੜ੍ਹੇ, ਜਿਹੜੇ ਅੰਗਰੇਜ਼ੀ ਬੋਲਣ ਤੋਂ ਡਰਦੇ ਆ, ਜਿਹਨਾਂ ਨੇ ਅੰਗਰੇਜ਼ੀ ਸਿਰਫ ਪਾਸ ਹੋਣ ਲਈ ਪੜ੍ਹੀ ਹੈ ਬਟ ਕਦੀ ਯੂਜ਼ ਨਹੀਂ ਕੀਤੀ ਲੈਂਗੁਏਜ, ਉਹ ਤਾਂ ਡਰ ਆਰਐਸ ਗਲੋਬਲ ਸਕੂਲ ਆਫ ਲੈਂਗੁਏਜ ਵਿੱਚ ਕੱਢਿਆ ਜਾਏਗਾ। 3 ਮਹੀਨੇ 4 ਮਹੀਨੇ 2 ਮਹੀਨੇ ਦੀ ਕੋਚਿੰਗ ਲੈ ਕੇ ਤੁਸੀਂ ਆਪਣੀ ਇੰਗਲਿਸ਼ ਸਿੱਖਣ ਦਾ ਜਾਂ ਆਇਲਸ ਕਰਨ ਦਾ ਉਹ ਹੁਨਰ ਵਾਪਸ ਪ੍ਰਾਪਤ ਕਰ ਸਕਦੇ ਹੋ। ਬਟ ਉਹ ਵਿਦਿਆਰਥੀ ਜਿਹੜੇ ਪੜ੍ਹਾਈ 'ਚ ਕਮਜ਼ੋਰ ਨੇ, ਮੈਂ ਉਹਨਾਂ ਦੀ ਗੱਲ ਪਹਿਲਾਂ ਕਰਾਂਗਾ, ਕਿਉਂਕਿ ਬਹੁਤ ਸਾਰੇ ਇਹੋ ਜਿਹੇ ਸਟੂਡੈਂਟਸ ਜਿਹਨਾਂ ਦਾ ਪੜ੍ਹਾਈ 'ਚ 5-7 ਸਾਲ ਦਾ ਗੈਪ ਪੈ ਚੁੱਕਾ ਹੈ,
ਅੱਜ ਉਹ ਆਇਲਸ 6 ਬੈਂਡ ਲੈ ਕੇ ਵੀ ਆਸਟ੍ਰੇਲੀਆ ਕੈਨੇਡਾ ਨਿਊਜ਼ੀਲੈਂਡ ਵਰਗੇ ਮੁਲਕਾਂ 'ਚ ਨਹੀਂ ਜਾ ਪਾ ਰਹੇ। ਅੱਜ ਕਿਸੇ ਦਾ ਭਰਾ ਜਾਂ ਭੈਣ ਆਸਟ੍ਰੇਲੀਆ ਬੈਠੀ ਹੈ, 2015 ਬੱਚਾ ਪਾਸ ਆਊਟ ਆ, ਚਾਹੇ ਬੱਚੇ ਨੇ 6 ਬੈਂਡ ਵੀ ਹੈ, ਮੈਨੂੰ ਵੀਜ਼ਾ ਲੈ ਕੇ ਦਿਖਾਓ, ਪਲੱਸ ਟੂ ਪੜ੍ਹਿਆ ਬੱਚਾ ਨਹੀਂ ਮਿਲਣਾ। ਤੁਸੀਂ ਨਿਊਜ਼ੀਲੈਂਡ ਪੜ੍ਹਨ ਜਾਣਾ ਚਾਹੁੰਦੇ ਹੋ, ਤੁਹਾਡੇ ਕੋਲ 6 ਮਹੀਨੇ ਪੁਰਾਣਾ 22-24 ਲੱਖ ਰੁਪਇਆ ਨਹੀਂ ਹੈਗਾ। ਤੁਸੀਂ ਕੈਨੇਡਾ ਪੜ੍ਹਨ ਜਾਣਾ ਚਾਹੁੰਦੇ ਹੋ, ਹੁਣ ਵੈਸੇ ਹੀ ਸਾਰੇ ਕਾਲਜਸ ਨੇ ਆਇਲਸ ਰਿਕੁਆਇਰਮੈਂਟ ਬਦਲ ਕੇ 6 ਈਚ ਰੱਖ ਦਿੱਤੀ ਹੈ। ਚਲੋ 6 ਈਚ ਤੁਹਾਡੇ ਨਹੀਂ ਆ ਰਹੇ ਜਾਂ ਫਿਰ 6 ਤੁਹਾਡੇ ਆ ਵੀ ਗਏ ਬੈਂਡਸ, ਤਾਂ ਵੀ ਤੁਹਾਡੀ ਪੜ੍ਹਾਈ 'ਚ ਗੈਪ ਤੁਹਾਡਾ ਕੈਨੇਡਾ ਪੜ੍ਹਨ ਜਾਣ ਦਾ ਤਰੀਕਾ ਬਣ ਰਿਹਾ। ਸੋ ਕੈਨੇਡਾ, ਆਸਟ੍ਰੇਲੀਆ ਔਰ ਨਿਊਜ਼ੀਲੈਂਡ ਤਿੰਨਾਂ ਮੁਲਕਾਂ 'ਚ ਪੜ੍ਹਨ ਜਾਣਾ ਚਾਹੁੰਦੇ ਹੋ, ਚਾਹੇ ਬੈਂਡ, ਚਾਹੇ ਗੈਪ, ਚਾਹੇ ਫੰਡ ਨਾ ਹੋਣਾ, ਇਹ ਤਿੰਨ ਅੜਿੱਕਾ ਬਣ ਰਹੇ ਨੇ ਤੁਹਾਡੇ ਇਹਨਾਂ ਮੁਲਕਾਂ 'ਚ ਪੜ੍ਹਨ ਜਾਣ ਲਈ। ਤਾਂ ਸਿੰਗਾਪੁਰ ਤੁਹਾਡੇ ਲਈ ਇੱਕ ਪਾਵਰਫੁਲ ਪ੍ਰੋਗਰਾਮ ਬਣਦਾ। ਮੈਂ ਬੜੇ ਚਿਰ ਬਾਅਦ ਸਿੰਗਾਪੁਰ ਬਾਰੇ ਗੱਲ ਕਰਨ ਲੱਗਿਆ, ਬਹੁਤ ਸਾਰੇ ਬੱਚੇ ਸਿੰਗਾਪੁਰ ਬਾਰੇ ਨੈਗੇਟਿਵ ਵਿਊਜ਼ ਦਿਮਾਗ 'ਚ ਲੈ ਕੇ ਬੈਠੇ ਹੋਣਗੇ ਕਿ ਸਿੰਗਾਪੁਰ ਤੋਂ ਮੈਗ੍ਰੇਸ਼ਨ ਨਹੀਂ ਹੁੰਦੀ। ਅੱਜ ਮੈਂ ਇਸ ਗੱਲ ਨੂੰ ਸਿਰੇ ਤੋਂ ਨਿਕਾਲਦਾ, ਮੇਰੇ ਦਫ਼ਤਰ 'ਚ ਆ ਕੇ 100 ਬੱਚਿਆਂ ਦੇ ਨੰਬਰ ਲੈ ਜਾਓ ਜਿਹੜੇ ਬੱਚੇ ਸਿੰਗਾਪੁਰ ਤੋਂ ਪੜ੍ਹ ਕੇ ਅੱਜ ਆਸਟ੍ਰੇਲੀਆ, ਨਿਊਜ਼ੀਲੈਂਡ, ਕੈਨੇਡਾ ਵਰਗੇ ਮੁਲਕਾਂ 'ਚੋਂ ਮਾਈਗ੍ਰੇਟ ਹੋਏ ਹਨ। ਜੇ ਮੈਂ 500 ਬੱਚਾ ਸਿੰਗਾਪੁਰ ਭੇਜਿਆ, ਮੈਂ ਮੰਨਦਾ ਇਸ ਗੱਲ ਨੂੰ ਕਿ ਡੱਲਾ ਸਾਹਿਬ 500 ਬੱਚਾ ਮਾਈਗ੍ਰੇਟ ਨਹੀਂ ਹੋਇਆ, ਬਟ 500 ਵਿੱਚੋਂ 100 ਬੱਚਾ ਮਾਈਗ੍ਰੇਟ ਜ਼ਰੂਰ ਹੋਇਆ। ਹੁਣ ਅੱਜ ਇੱਕ ਜਮਾਤ ਵਿੱਚ ਅਗਰ 20 ਬੱਚੇ ਬੈਠ ਕੇ ਪੜ੍ਹ ਰਹੇ ਆ, ਹੁਣ 20 ਦੇ 20 ਬੱਚੇ ਫਸਟ ਨਹੀਂ ਹੁੰਦੇ ਡੱਲਾ ਸਾਹਿਬ, ਫਸਟ ਇੱਕ ਹੀ ਹੁੰਦਾ। ਅਤੇ ਜੇ ਇੱਕ ਬੱਚਾ ਫਸਟ ਆ ਗਿਆ, ਦੂਜਾ ਸੈਕਿੰਡ, ਤੀਜਾ ਥਰਡ ਆ ਗਿਆ, 2 ਬੱਚੇ 20 'ਚੋਂ ਫੇਲ ਵੀ ਹੋ ਗਏ, ਤਾਂ ਗਲਤੀ ਟੀਚਰ ਦੀ ਨਹੀਂ ਹੈ, ਗਲਤੀ ਬੱਚੇ ਦੀ ਆਪਣੀ, ਮਿਹਨਤ ਕਿੰਨੀ ਕੀਤੀ, ਦਿਮਾਗ 'ਚ ਪੱਲੇ ਪਾਇਆ ਕੀ ਹੈ। ਸੋ ਉਸੇ ਤਰ੍ਹਾਂ ਸਿੰਗਾਪੁਰ ਜਾ ਕੇ ਪਹਿਲਾਂ ਗੱਲ ਸਸਤੇ ਪੈਕੇਜ 'ਚ ਨਾ ਫਸੋ। ਜਲੰਧਰ, ਚੰਡੀਗੜ੍ਹ ਬਥੇਰੇ ਇਹੋ ਜਿਹੇ ਕੰਸਲਟੈਂਟ ਬੈਠੇ ਆ ਜਿਹੜੇ 2-2.5 ਲੱਖ ਰੁਪਏ ਦਾ ਸਸਤਾ ਪੈਕੇਜ ਬੱਚੇ ਨੂੰ ਕਹਿ ਕੇ ਸਿੰਗਾਪੁਰ 'ਚ ਭੇਜ ਕੇ ਉਹਦੀ ਜ਼ਿੰਦਗੀ ਦਾ ਬੇੜਾ ਗਰਕ ਕਰ ਦਿੰਦੇ ਆ। ਜਦੋਂ ਤੁਸੀਂ ਕਹਿੰਦੇ ਨਾ ਸੋਨੇ, ਜਿਹੜਾ ਹਰ ਚਮਕਣ ਵਾਲੀ ਚੀਜ਼ ਸੋਨਾ ਨਹੀਂ ਹੁੰਦੀ, ਜੇ ਤੁਸੀਂ ਅੱਜ 1.5 ਲੱਖ ਰੁਪਏ ਦੇ ਪੈਕੇਜ ਵਿੱਚ ਜੇਮਸ ਕੁੱਕ ਯੂਨੀਵਰਸਿਟੀ ਦਾ ਕੈਂਪਸ ਜਿਹਦੀ $17,000 ਫੀਸ ਹੈ, 8.5 ਲੱਖ ਸਾਲ ਦੀ ਬਣਦੀ ਹੈ, ਕਿਵੇਂ ਕੰਪੇਅਰ ਕਰ ਲਓਗੇ ਉਹਦਾ? ਸੋ ਚੰਗੇ ਕਾਲਜ ਪੜ੍ਹਨ ਜਾਓ, ਪੈਕੇਜ ਦੇ ਚੱਕਰ 'ਚ ਨਾ ਫਸੋ। ਜਿਹੜੇ 4-ਈਅਰ ਐਗੂਟਰਸ ਕਾਲਜਸ ਨੇ ਜਿਨ੍ਹਾਂ ਦੀ ਫੀਸ ਲਗਭਗ $6,000 ਤੋਂ ਲੈ ਕੇ $8,000-10,000 ਤੱਕ ਹੁੰਦੀ ਹੈ, ਤਕਰੀਬਨ 4.25-4 ਲੱਖ 'ਚ ਟੋਟਲ ਖਰਚਾ ਪਾ ਕੇ, ਤੁਹਾਡਾ ਸਾਲ ਦੀ ਫੀਸ ਪਾ ਕੇ, ਤੁਹਾਡੀ ਅੰਬੈਸੀ ਫੀਸ ਪਾ ਕੇ 4.25-4 ਲੱਖ ਤੱਕ ਖਰਚਾ ਆਉਂਦਾ। ਉਹਦੇ 'ਚ ਪੜ੍ਹਨ ਜਾਓ, 1 ਸਾਲ ਪੜ੍ਹ ਕੇ ਤੁਸੀਂ ਕੁਛ ਨੋਮੀਨਲ ਦੀਆਂ ਜਿਹੜੀਆਂ ਐਡਮਿਸ਼ਨ ਸ਼ਰਤਾਂ ਪੂਰੀਆਂ ਕਰਦੇ ਹੋ, ਜਾਣੀ ਕਿ ਆਇਲਸ 50-52 ਉੱਥੇ ਜਾ ਕੇ, ਜਾਂ ਕਈ ਯੂਨੀਵਰਸਿਟੀ ਵੈਸੇ ਹੀ ਆਇਲਸ ਵੇਵ ਆਫ ਕਰ ਦਿੰਦੀ ਹੈ, ਕਿਉਂਕਿ ਸਿੰਗਾਪੁਰ ਦੀ ਪੜ੍ਹਾਈ ਵੈਸੇ ਇੰਗਲਿਸ਼ ਮੀਡੀਅਮ 'ਚ ਹੁੰਦੀ ਹੈ, ਮੋਡ ਆਫ ਇੰਸਟਰਕਸ਼ਨ ਇੰਗਲਿਸ਼ ਹੁੰਦਾ, ਸੋ ਆਇਲਸ ਦੀ ਲੋੜ ਨਹੀਂ ਪੈਂਦੀ ਉੱਥੇ ਜਾ ਕੇ। ਦੂਜਾ, ਆਪਣੀ ਅਟੈਂਡੈਂਸ 90% ਕੰਪਲੀਟ ਰੱਖ ਦਿਓ ਔਰ ਅਸਾਈਨਮੈਂਟਸ ਆਪਣੀ ਕੰਪਲੀਟ ਕਰ ਦਿਓ। ਸੋ ਅਗਰ ਐਲੀਜੀਬਿਲਿਟੀ ਕ੍ਰਾਈਟੀਰੀਆ ਪੂਰਾ ਕਰਦੇ ਹੋ ਤਾਂ 100% ਛੱਡ ਕੇ 200% ਦਾਅਵਾ ਕਰਦਾ ਮੇਰੇ ਤੋਂ ਐਫੀਡੇਵਿਟ 'ਤੇ ਸਟੈਂਪ ਪੇਪਰ 'ਤੇ ਸੈਨ ਕਰਾ ਲਿਓ, ਸਿੰਗਾਪੁਰ ਤੋਂ ਮਾਈਗ੍ਰੇਸ਼ਨ ਮਿਲਦੀ ਹੈ, ਬਟ ਸ਼ਰਤਾਂ ਪੂਰੀਆਂ ਕਰਨੀਆਂ ਪੈਂਦੀਆਂ। ਸੋ ਅੱਜ ਅਗਰ ਆਸਟ੍ਰੇਲੀਆ, ਕੈਨੇਡਾ, ਨਿਊਜ਼ੀਲੈਂਡ ਪੜ੍ਹਨ ਜਾਣਾ ਚਾਹੁੰਦੇ ਹੋ, ਸਿੱਧੇ ਤੌਰ 'ਤੇ ਨਹੀਂ ਜਾ ਪਾ ਰਹੇ, ਚਾਹੇ ਆਇਲਸ ਬੈਂਡ ਨਹੀਂ ਪੂਰੇ ਹੈਗੇ ਜਾਂ ਫੰਡਸ ਨਹੀਂ ਹੈਗੇ ਜਾਂ ਪੜ੍ਹਾਈ 'ਚ ਗੈਪ ਹੈ, ਫਿਰ ਵੀ ਜਾਣ ਬੁੱਝ ਕੇ 2014 ਪਾਸ ਆਊਟ, 2013 ਪਾਸ ਆਊਟ ਆਸਟ੍ਰੇਲੀਆ ਅਪਲਾਈ ਕਰਕੇ ਮਾਂ ਪਿਓ ਦੀ ਮਿਹਨਤ ਦੀ ਕਮਾਈ, ਆਪਣਾ ਬੇਸ਼ਕੀਮਤੀ ਸਮਾਂ ਖਰਾਬ ਨਾ ਕਰੋ। ਸਿੰਗਾਪੁਰ ਦੀਆਂ ਚੰਗੀਆਂ ਯੂਨੀਵਰਸਿਟੀ 'ਚ ਪੜ੍ਹ ਕੇ ਤੁਸੀਂ ਪਾਥਵੇ ਪ੍ਰੋਗਰਾਮ ਦੇ ਸਹਾਰੇ ਲੈ ਕੇ ਆਸਟ੍ਰੇਲੀਆ, ਨਿਊਜ਼ੀਲੈਂਡ, ਕੈਨੇਡਾ 'ਚ ਪੜ੍ਹਨ ਜਾ ਸਕਦੇ। ਇਹ ਜਿਹੜਾ ਤੁਸੀਂ ਪਾਥਵੇ ਪ੍ਰੋਗਰਾਮ ਕਹਿ ਰਹੇ ਹੋ, ਇਹ ਸਾਰਾ ਜੈਨੂਅਨ ਇਹ ਲੀਗਲ ਹੈ? ਕਿਉਂਕਿ ਬਹੁਤ ਸਾਰੇ ਲੋਕਾਂ ਦੇ ਜ਼ਹਿਨ 'ਚ ਸਵਾਲ ਆ ਸਕਦਾ ਹੈ। ਮੈਂ ਡੱਲਾ ਸਾਹਿਬ ਸ਼ੁਰੂਆਤ 'ਚ ਹੀ ਦੱਸਿਆ ਸੀਗਾ ਕਿ ਤੁਸੀਂ ਅੱਜ 2 ਲੱਖ ਰੁਪਏ ਦੇ ਪੈਕੇਜ 'ਚ ਲੈ ਕੇ 2 ਕਮਰੇ ਦੇ ਕਾਲਜ 'ਚ ਪੜ੍ਹਨ ਚਲੇ ਜਾਂਦੇ ਹੋ ਔਰ ਇਹ ਸੋਚ ਕੇ ਮਨ 'ਚ ਇਹ ਸੁਪਨਾ ਸਜਾ ਕੇ ਕਿ ਮੈਂ 6 ਮਹੀਨੇ ਬਾਅਦ ਇਸ ਕਾਲਜ 'ਚ ਪੜ੍ਹ ਕੇ ਮਾਈਗ੍ਰੇਟ ਹੋ ਜਾਵਾਂਗਾ, ਕਦੀ ਨਹੀਂ ਹੋਣਾ। ਕਿਉਂਕਿ ਹਰ ਜਿਹੜਾ ਹੁਣ ਤੁਸੀਂ ਪੈਸੇ ਪੇ ਕਰ ਰਹੇ ਹੋ ਪਿੱਤਲ ਦੇ ਲੈ ਰਹੇ ਹੋ ਸੋਨਾ, ਇੱਦਾਂ ਕਦੇ ਨਹੀਂ ਹੁੰਦਾ। ਜੇ ਪਿੱਤਲ ਦੇ ਪੈਸੇ ਦਿਓਗੇ ਪਿੱਤਲ ਹੀ ਮਿਲਣਾ। ਤੁਸੀਂ ਚੰਡੀਗੜ੍ਹ ਜਾਣਾ, ਕਿਰਾਇਆ ਤੁਸੀਂ ਲਿਆ ਟਿਕਟ ਲਈ ਨਵੇਂ ਸ਼ਹਿਰ ਤੱਕ ਦੀ, ਤਾਂ ਬੱਸ ਡਰਾਈਵਰ ਨੇ ਤੁਹਾਨੂੰ ਚੰਡੀਗੜ੍ਹ ਤੱਕ ਹੀ ਲਾਉਣਾ, ਨਵੇਂ ਸ਼ਹਿਰ ਤੱਕ ਹੀ ਆਉਣਾ। ਸੋ ਜਿੰਨੇ ਪੈਸੇ ਖਰਚੋਗੇ ਡਰਾ ਸਾਹਿਬ, ਉਨਾ ਕੁਛ ਮਿਲਣਾ। ਚੰਗੇ ਕਾਲਜ ਨੂੰ ਚੂਜ਼ ਕਰੋਗੇ, ਚੰਗੀ ਯੂਨੀਵਰਸਿਟੀ ਨੂੰ ਚੂਜ਼ ਕਰੋਗੇ, ਡੈਫੀਨੇਟਲੀ ਪਾਥਵੇ ਮਿਲਦਾ। ਬਟ ਜੇ ਸਸਤੇ ਕਾਲਜ ਨੂੰ ਚੂਜ਼ ਕਰੋਗੇ, ਪਾਥਵੇ ਬੜੀ ਦੂਰ ਦੀ ਗੱਲ ਆ, 6 ਮਹੀਨੇ ਬਾਅਦ ਡੱਲਾ ਸਾਹਿਬ OJT ਮਿਲਣ ਦੀ ਸੰਭਾਵਨਾ ਬੜੀ ਥੋੜ੍ਹੀ ਹੁੰਦੀ ਹੈ। ਸੋ ਜਦੋਂ ਸਿੰਗਾਪੁਰ ਜਾਣਾ, ਅੱਖਾਂ ਖੋਲ ਕੇ, ਕੰਨ ਖੋਲ ਕੇ, ਦਿਮਾਗ ਖੋਲ ਕੇ ਜਿਸ ਵੀ ਕੰਸਲਟੈਂਟ ਕੋਲ ਜਾਂਦੇ ਹੋ, ਪੈਕੇਜ ਦੇ ਚੱਕਰ 'ਚ ਨਾ ਫਸੋ। ਪੁੱਛੋ ਕਿਹੜੇ ਕਾਲਜ ਪੜ੍ਹਨ ਜਾ ਰਹੇ ਹੋ, ਉਸ ਕਾਲਜ ਦੇ ਕਿਹੜੇ ਕਿਹੜੇ ਯੂਨੀਵਰਸਿਟੀ ਇਸ ਕਾਲਜ ਨਾਲ ਟਾਈ ਅਪਸ ਹੈ, ਅੱਜ ਤੱਕ ਪਿੱਛੇ 10 ਸਾਲਾਂ ਦਾ ਟਰੈਕ ਰਿਕਾਰਡ ਚੈੱਕ ਕਰੋ, ਉਸ ਕਾਲਜ 'ਚ ਕਿੰਨੇ ਬੱਚੇ ਮਾਈਗ੍ਰੇਟ ਹੋਏ। ਕਿਉਂਕਿ ਜ਼ਿੰਦਗੀ ਤੁਹਾਡੀ ਹੈ, ਲਾਈਫ ਤੁਹਾਡੀ ਆ, ਕਰੀਅਰ ਤੁਹਾਡਾ, ਪੈਸਾ ਤੁਹਾਡਾ, ਫਿਰ ਸਹੀ ਫੈਸਲਾ ਵੀ ਤੁਹਾਡਾ ਹੋਣਾ ਚਾਹੀਦਾ, ਕਿਸੇ ਕੰਸਲਟੈਂਟ ਦਾ ਨਹੀਂ ਹੋਣਾ ਚਾਹੀਦਾ। ਬਿਲਕੁਲ। ਔਰ ਦੁਬਈ ਦੇ ਵਿੱਚ ਬਹੁਤ ਸਮਾਂ ਹੋ ਗਿਆ, ਅਸੀਂ ਦੁਬਈ ਜਾਂ ਜਾਪਾਨ ਦੀ ਗੱਲ ਨਹੀਂ ਕੀਤੀ, ਦੁਬਈ ਦੇ ਮਾਮਲੇ ਦੇ ਵਿੱਚ ਵੀ ਮੈਂ ਜਾਣਨਾ ਚਾਹੂੰਗਾ, ਜਿਹੜਾ ਤੁਹਾਡਾ ਕੋਰਸ ਇੰਟਰੋਡਿਊਸ ਕੀਤਾ ਗਿਆ ਸੀ ਸ਼ੈਫ ਟ੍ਰੇਨਿੰਗ ਦਾ, ਉਹਦੀ ਕੀ ਸਥਿਤੀ ਹੈ ਤੇ ਉਹਦੇ ਲਈ ਹੁਣ ਸਟੂਡੈਂਟਸ ਕੀ ਕਰ ਸਕਦੇ? ਦੇਖੋ ਡੱਲਾ ਸਾਹਿਬ, ਮੈਨੂੰ ਕਦੇ ਕਿਸੇ ਮੰਚ ਤੇ ਦੁਬਈ ਨੂੰ ਹੁਣ ਪ੍ਰਮੋਟ ਕਰਨ ਦੀ ਲੋੜ ਹੀ ਨਹੀਂ ਪਈ, ਮੈਂ ਕਦੀ ਕਿਸੇ ਨਿਊਜ਼ ਪੇਪਰ 'ਚ ਐਡਵਰਟੀਜ਼ਮੈਂਟ ਹੀ ਲਵਾਈ, ਹੁਣ ਪਿਛਲੇ 3 ਚਿਰਾਂ ਤੋਂ ਕਦੀ ਕਿਸੇ TV ਚੈਨਲ 'ਤੇ ਨਹੀਂ ਬੋਲਿਆ, ਕਿਉਂਕਿ ਆਟੋਮੈਟਿਕ ਜਿਹੜਾ ਹੁਣ 600 ਬੱਚਾ ਦੁਬਈ ਪਹੁੰਚ ਗਿਆ ਨਾ, ਉਹ ਹਰ
ਦੁਬਈ ਦਾ ਜਿਹੜਾ ਪ੍ਰੋਗਰਾਮ ਹੈ ਉਹ ਬੱਚਿਆਂ ਨੂੰ ਸਮਝਣ ਲੋੜ ਹੈ। ਤੁਸੀਂ ਸਵਾਲ ਪੁੱਛੀ ਲਿਆ ਭਾਵੇਂ ਜ਼ਿਕਰ ਜ਼ਰੂਰ ਕਰਦੇ ਹੋ, ਅਗਰ ਤੁਹਾਡਾ ਪੜ੍ਹਾਈ ਤੋਂ ਮਨ ਉੱਠ ਚੁੱਕਿਆ, ਫਿਜ਼ਿਕ ਕੈਮਿਸਟਰੀ ਮੈਥਮੈਟਿਕਸ ਬਾਇਓ ਇਕਨੋਮਿਕਸ ਜੀਓਗ੍ਰਾਫੀ ਪੜ੍ਹਾਈ ਤੁਹਾਡੇ ਦਿਮਾਗ 'ਚ ਪੱਲੇ ਨਹੀਂ ਪੈਂਦੀ, ਉਹ ਬੱਚਾ ਨੰਬਰ 2 ਆਇਲਸ ਨਹੀਂ ਕਰ ਸਕਦੇ। ਨੰਬਰ 3 ਕੁਛ ਇਹੋ ਜਿਹੀ ਆਪਸ਼ਨ ਲੱਭ ਦਿਓ ਜਿੱਥੇ ਹੁਣ ਸਿੱਧਾ ਤੁਹਾਨੂੰ ਕਮਾਈ ਕਰਨ ਦਾ ਮੌਕਾ ਮਿਲ ਜਾਵੇ। ਫੋਰ ਐਗਜ਼ਾਮਪਲ ਇਹ ਸ਼ੋਅ ਦੇਖ ਕੇ ਡਰਾ ਸਭ ਦੇਰੀ ਲੋਕ ਫੋਨ ਕਰਦੇ ਨੇ ਕਿ ਸਾਨੂੰ ਵਰਕ ਪਰਮਿਟ ਲਵਾ ਦਿਉ ਕੈਨੇਡਾ ਦਾ ਆਸਟ੍ਰੇਲੀਆ ਦਾ। ਸੋ ਉਹਨੂੰ ਹੀ ਗੱਲ ਸਮਝਾਈ ਜਾਂਦੀ ਹੈ ਕਾਕਾ ਜੀ ਪਹਿਲਾਂ ਆਪਣੇ ਆਪ ਨੂੰ ਵਰਕ ਪਰਮਿਟ ਲਈ ਕਾਬਲ ਬਣਾਓ। ਸੋ ਇੱਕ ਇਹੋ ਜਿਹਾ ਪ੍ਰੋਗਰਾਮ ਹੈ ਜੋ ਸਿਰਫ 3 ਮਹੀਨੇ, ਮੈਂ ਫਿਰ ਰਿਪੀਟ ਕਰਦਾ, ਸਿਰਫ 3 ਮਹੀਨੇ, 90 ਦਿਨ ਤੁਹਾਨੂੰ ਪ੍ਰੋਫੈਸ਼ਨਲ ਸ਼ੈਫ ਕੋਰਸ ਦਾ ਕਰਾ ਕੇ 90 ਦਿਨਾਂ 'ਚ ਤੁਹਾਨੂੰ ਇੱਕ 5-star ਹੋਟਲ ਦੇ ਵਿੱਚ ਐਜ਼ ਆ ਪ੍ਰੋਫੈਸ਼ਨਲ ਸ਼ੈਫ ਕੰਮ ਕਰਨ ਦਾ ਮੌਕਾ ਦਿੰਦਾ। 12ਵੀਂ ਜਮਾਤ ਪਾਸ ਹੋਵੇ, 17 ਸਾਲ ਤੋਂ ਲੈ ਕੇ 32 ਸਾਲ ਤੱਕ ਜਾਂ 33 ਸਾਲ ਤੱਕ ਜਿਸ ਵੀ ਐਪਲੀਕੈਂਟ ਦੀ ਉਮਰ ਹੈ, ਚਾਹੇ ਮੇਲ ਹੈ ਚਾਹੇ ਫੀਮੇਲ ਹੈ, ਉਹ ਦੁਬਈ 'ਚ ਸਿਰਫ 3 ਮਹੀਨੇ ਪੜ੍ਹ ਕੇ 5-star 7-star ਹੋਟਲ 'ਚ 2 ਸਾਲ ਦਾ ਐਕਸਪੀਰੀਅੰਸ ਲੈ ਕੇ, ਚਾਹੇ ਉਹ USA ਹੈ, ਚਾਹੇ ਉਹ ਕੈਨੇਡਾ ਹੈ, ਚਾਹੇ ਆਸਟ੍ਰੇਲੀਆ ਹੈ, ਚਾਹੇ ਨਿਊਜ਼ੀਲੈਂਡ, ਚਾਹੇ ਯੂਰਪ, ਚਾਹੇ ਕੋਈ ਵੀ ਵੈਲ ਜਿਹੜਾ ਡਿਵੈਲਪਡ ਕੰਟਰੀ ਹੈ, ਉਹਦੇ 5-star 7-star ਜਾਣੀ ਕਿ 5-star 7-star ਹੋਟਲ ਦੇ ਵਿੱਚ ਕੰਮ ਕਰਨ ਲਈ ਕਾਬਲ ਬਣ ਸਕਦਾ। ਅੱਜ ਦੁਬਈ ਦਾ ਜਾਂ ਗਲਫ ਕੰਟਰੀ ਦਾ ਡਰਾਈਵਰ ਕੈਨੇਡਾ ਅਮਰੀਕਾ 'ਚ ਵਿਕਦਾ। ਸਾਨੂੰ ਇਸ ਗੱਲ ਦਾ ਪਤਾ ਹੋਏਗਾ, ਜੇ ਕਿਸੇ ਦਾ ਰਿਸ਼ਤੇਦਾਰ ਡਰਾਈਵਰ ਲੱਗਾ ਦੁਬਈ 'ਚ ਟਰਾਲੇ ਦਾ ਚਲਾਉਂਦਾ, ਟਰਾਲਾ ਚਲਾਉਂਦਾ, ਤਾਂ ਉਹਦੀ ਅਮਰੀਕਾ ਕੈਨੇਡਾ ਬੜੀ ਡਿਮਾਂਡ ਹੈ, ਕਿਉਂਕਿ ਉੱਥੇ ਟਰਾਂਸਪੋਰਟ ਬਿਜ਼ਨਸ ਪੰਜਾਬੀਆਂ ਨੇ ਸੰਭਾਲਿਆ ਪਿਆ। ਸੇਮ ਇਸ ਤਰ੍ਹਾਂ ਜਿਹੜਾ ਸ਼ੈਫ ਹੈ ਦੁਬਈ ਦਾ, ਉਹਦੀ ਦੁਨੀਆ ਭਰ 'ਚ ਡਿਮਾਂਡ ਹੈ। ਅੱਜ ਤੁਸੀਂ ਵੱਡੇ ਵੱਡੇ ਮੁਲਕਾਂ 'ਚ, ਮੈਂ ਆਸਟ੍ਰੇਲੀਆ 'ਚੋਂ ਸਿਡਨੀ ਲੈ ਲਾਂ, ਜਾਂ ਮੈਂ UK ਦਾ ਲੰਡਨ ਲੈ ਲਾਂ, ਜਾਂ ਮੈਂ ਅਮਰੀਕਾ ਦਾ ਨਿਊਯਾਰਕ ਲੈ ਲਾਂ, ਜਾਂ ਇੰਡੀਆ ਦਾ ਮੈਂ ਬੰਬੇ ਜਾਂ ਚੇਨਈ ਲੈ ਲਾਂ, ਇਹਨਾਂ ਵੱਡੀਆਂ ਮੈਟਰੋਪੋਲੀਟਨ ਸਿਟੀਜ਼ ਵਿੱਚ 5-star ਹੋਟਲ ਵਿੱਚ ਜਿਹੜਾ ਸਟਾਫ ਹੈ 35-40% ਦੁਬਈ ਤੋਂ ਬੁਲਾਇਆ ਜਾਂਦਾ। ਮੈਂ ਨਹੀਂ ਬੋਲ ਰਿਹਾ, ਡੈਡੀ ਬੋਲ ਰਹੇ ਨੇ। ਘਰੇ ਫੋਨਾਂ 'ਚ ਜਿਹੜੇ ਤੁਸੀਂ ਨੈੱਟ ਪਵਾਇਆ ਨਾ, ਉਹ ਨੈੱਟ ਨੂੰ ਪੁੱਠੇ ਪਾਸੇ ਸਿਰਫ ਵਟਸਐਪ 'ਤੇ ਜਾਂ ਫੇਸਬੁੱਕ 'ਤੇ ਯੂਜ਼ ਨਾ ਕਰੋ। ਇਸ ਰਿਸਰਚ ਕਰਕੇ ਵੀ ਦੇਖੋ ਗੂਗਲ baba.com ਕੀ ਕਹਿੰਦਾ ਕਿ ਵੈਲ ਜਿਹੜੇ ਵੈਲ ਜਿਹੜੇ ਡਿਮਾਂਡ ਵਾਲੇ ਸ਼ੈਫ ਨੇ ਕਿੱਥੋਂ ਲਏ ਜਾਂਦੇ ਨੇ, ਉਹ ਦੁਬਈ ਤੋਂ ਚੱਕੇ ਜਾਂਦੇ ਆ। ਸੋ ਅੱਜ ਤੁਹਾਡੇ ਕੋਲ 2 ਸਾਲ ਦਾ ਤਜਰਬਾ ਦੁਬਈ ਦਾ ਹੋ ਗਿਆ, ਮੁੜ ਕੇ ਅਮਰੀਕਾ ਕੈਨੇਡਾ ਵਾਲੇ ਹੋਟਲਾਂ ਨੇ ਖੁਦ ਆ ਕੇ ਤੈਨੂੰ ਜੋਬ ਆਫਰ ਕਰਨੀ ਆ। ਯੈਸ, ਪਹਿਲਾਂ ਮਿਹਨਤ ਕਰਨੀ ਪੈਣੀ। ਅੱਜ 600 ਬੱਚਾ ਜਿਹੜਾ ਜਾ ਚੁੱਕਿਆ, ਆਪਣੀ ਜ਼ਿੰਦਗੀਆਂ ਬਣਾ ਚੁੱਕਿਆ, ਅੱਜ ਕੋਈ 1.5 ਲੱਖ ਲੈ ਰਿਹਾ, ਕੋਈ 2 ਲੱਖ ਰੁਪਏ ਲੈ ਰਿਹਾ, ਦੁਬਈ 'ਚ ਬੈਠ ਕੇ ਇੱਕ ਚੰਗੀ ਜ਼ਿੰਦਗੀ ਜੀ ਰਿਹਾ, ਕਿਉਂਕਿ ਤੁਹਾਡਾ 3 ਟਾਈਮ ਦਾ 5-star ਹੋਟਲ 'ਚ ਖਾਣਾ, ਤੁਹਾਡੀ ਅਕੋਮੋਡੇਸ਼ਨ, ਤੁਹਾਡੀ ਯੂਨੀਫਾਰਮ, ਤੁਹਾਡਾ ਮੈਡੀਕਲ, ਤੁਹਾਡੀ ਇੰਸ਼ੋਰੈਂਸ, ਸਾਰਾ ਕੁਛ ਤੁਹਾਨੂੰ ਫ੍ਰੀ ਹੈ। ਜੇ ਤੁਹਾਨੂੰ 50,000 ਰੁਪਏ ਸੈਲਰੀ ਮਿਲ ਰਹੀ ਹੈ ਜਾਂ 1 ਲੱਖ ਰੁਪਏ ਸੈਲਰੀ ਮਿਲ ਰਹੀ ਹੈ, ਉਹ ਸਾਰੀ ਦੀ ਸਾਰੀ ਬੈਂਕ 'ਚ ਸੇਵ ਹੋ ਰਹੀ ਹੈ। ਐਂਡ ਤੁਸੀਂ ਅੱਜ ਆਸਟ੍ਰੇਲੀਆ ਪੜ੍ਹਨ ਗਏ ਹੋ, ਡਿਗਰੀ ਕਰਨ ਗਏ ਹੋ, ਪਾਰਟ ਟਾਈਮ ਜੋਬ ਕਦੀ ਕਰ ਰਹੇ ਹੋ, ਕਲੀਨਿੰਗ 'ਤੇ ਜਾਂ ਡਿਸ਼ ਵਾਸ਼ਿੰਗ 'ਤੇ ਜਾਂ ਪੈਟਰੋਲ ਪੰਪ 'ਚ ਤੁਸੀਂ ਤੇਲ ਪਾ ਰਹੇ ਹੋ ਫਿਲਿੰਗ ਸਟੇਸ਼ਨ 'ਤੇ, ਜੋ ਪੜ੍ਹਾਈ ਇੰਜੀਨੀਅਰਿੰਗ ਕਰ ਰਹੇ ਹੋ ਜਾਂ ਡਿਗਰੀ ਕਰ ਰਹੇ ਹੋ, ਕੋਈ ਪੜ੍ਹਾਈ ਜਿਹੜੀ ਕਰ ਰਹੇ ਹੋ, ਉਹਦੇ ਰਿਲੇਟਡ ਵੀ ਤਾਂ ਜੋਬ ਮਿਲੇ ਨਹੀਂ ਤੁਹਾਨੂੰ, ਮੁੜ ਕੇ ਉਹਨੇ ਕੱਲ੍ਹ ਨੂੰ ਤੁਹਾਡੇ ਪੁਆਇੰਟ ਪੂਰੇ ਨਹੀਂ ਹੁੰਦੇ ਨੇ, ਉਹਨੇ ਕੱਲ੍ਹ ਪੀ ਆਰ 'ਚ ਅੜਿੱਕਾ ਬਣ ਰਿਹਾ। ਜਿਹੜਾ ਕੋਰਸ ਤੁਹਾਨੂੰ ਕਾਲਜ ਕਰਾ ਰਿਹਾ, ICCA ਦੁਬਈ ਇੰਟਰਨੈਸ਼ਨਲ ਸੈਂਟਰ ਫੋਰ ਕਲੀਨਰੀ ਆਰਟਸ, ਜਿਹੜੀ ਪੜ੍ਹਾਈ ਤੁਹਾਨੂੰ ਕਾਲਜ ਕਰਾ ਰਿਹਾ, ਸਿਰਫ 90 ਦਿਨ ਦੀ ਪੜ੍ਹਾਈ ਤੋਂ ਬਾਅਦ ਕਾਲਜ ਤੁਹਾਨੂੰ 5-star ਹੋਟਲ 'ਚ 7-star ਹੋਟਲ 'ਚ ਕੰਮ ਕਰਨ ਦਾ ਮੌਕਾ ਦਿੰਦਾ। ਔਰ ਉਸ 1 ਸਾਲ ਦੀ ਟ੍ਰੇਨਿੰਗ ਦੇ ਵਿੱਚ ਤੁਹਾਨੂੰ ਹੋਟਲ ਵਾਲੇ 40-45-50,000 ਰੁਪਈਏ ਮਹੀਨੇ ਦਾ ਨਾਲ ਦੇ ਰਹੇ ਆ। ਉਸ ਡੱਲਾ ਸਾਹਿਬ ਸਾਲ ਵਿੱਚ ਜੇ ਮੈਂ 50,000 ਦਾ ਗੁਣਾ ਕਰਾਂ ਤਾਂ ਸਾਲ 'ਚ 6 ਲੱਖ ਤਾਂ ਵੈਸੇ ਤੁਹਾਨੂੰ ਆ ਗਿਆ ਵਾਪਸ। ਸੋ ਅਗਰ ਆਸਟ੍ਰੇਲੀਆ ਕੈਨੇਡਾ ਨਿਊਜ਼ੀਲੈਂਡ ਦੀ ਭੇਡ ਚਾਲ ਤੋਂ ਵੱਖ ਹੋ ਕੇ ਆਪਣਾ ਜ਼ਿੰਦਗੀ 'ਚ ਵੱਖਰਾ ਫੋਕਸ ਜਾਂ ਕੋਈ ਵਿਜ਼ਨ ਸੈੱਟ ਕਰਨਾ ਚਾਹੁੰਦੇ ਹੋ, ਦੁਬਈ ਇਜ਼ ਦਾ ਰਾਈਟ ਕਾਇੰਡ ਆਫ ਆਪਸ਼ਨ, ਜਿੱਥੇ ਪੜ੍ਹ ਕੇ ਸਿਰਫ 3 ਮਹੀਨੇ ਬਾਅਦ 5-star ਹੋਟਲ 'ਚ ਕੰਮ ਕਰਨ ਤੋਂ ਬਾਅਦ ਅਮੈਰੀਕਾ ਕੈਨੇਡਾ ਵਿੱਚ ਵਰਕ ਪਰਮਿਟ 'ਤੇ ਐਂਡ PR ਲੈਣ ਦਾ ਸੁਪਨਾ ਸਾਕਾਰ ਕੀਤਾ ਜਾ ਸਕਦਾ। ਬਿਲਕੁਲ ਰਾਜ ਸਾਹਿਬ, ਇੱਕ ਵਾਰੀ ਵੀ ਦੱਸ ਦਿਓ ਕਿ ਤੁਹਾਡੇ ਨਾਲ ਸੰਪਰਕ ਕਿਵੇਂ ਕੀਤਾ ਜਾ ਸਕਦਾ, ਕਿਉਂਕਿ ਮੈਨੂੰ ਪਤਾ ਲੱਗਿਆ ਕਿ ਅੱਜ ਕੱਲ੍ਹ ਤੁਸੀਂ ਅਪੁਆਇੰਟਮੈਂਟ ਦਾ ਵੀ ਚਾਰਜ ਕਰਦੇ। ਬੜਾ ਸਿੰਪਲ ਹੈ ਸਰ, ਕਿਉਂਕਿ ਹਰ ਇੱਕ ਬੰਦੇ ਨੂੰ ਸਮੇਂ ਦੀ ਕਦਰ ਹੋਣੀ ਜ਼ਰੂਰੀ ਹੈ। ਜੇ ਕਿਸੇ ਨੇ ਪਰਸਨਲੀ ਮੈਨੂੰ ਮਿਲ ਕੇ ਸਲਾਹ ਲੈਣੀ ਹੈ, ਮੰਡੇ, ਵੈਡਨਸਡੇ, ਫਰਾਈਡੇ, ਇਹ 3 alternative ਡੇਜ਼ ਵਿੱਚ ਮੈਂ ਆਫਿਸ ਅਵੇਲੇਬਲ ਹਾਂ, ਸਵੇਰੇ 11 ਵਜੇ ਤੋਂ ਲੈ ਕੇ ਸ਼ਾਮੀ 4 ਵਜੇ ਤੱਕ। ਬਟ ਮੈਨੂੰ ਮਿਲਣ ਦੀ ਫੀਸ 500 rupees ਹੈ। ਸੋ ਜਿਹੜਾ ਬੰਦਾ ਆਫਿਸ ਆ ਕੇ ਮੇਰੇ ਕੋਲੋਂ ਸਲਾਹ ਲੈਣਾ ਚਾਹੁੰਦਾ, ਉਹ 500 rupees ਪੇ ਕਰਕੇ ਮੇਰੀ ਫੀਸ ਮੈਨੂੰ ਮਿਲ ਸਕਦਾ। ਬਾਕੀ ਅਦਰਵਾਈਜ਼ ਮੇਰੇ ਜਿਹੜੇ ਮੇਰੇ ਸਟਾਫ ਹੈਡ ਹੈ, ਮੇਰੇ ਕਾਉਂਸਲਰਸ ਨੇ, ਮੇਰੀ ਐਕਸਪਰਟ ਟੀਮ ਹੈ, ਤੁਸੀਂ ਉਹਨੂੰ ਮਿਲਣਾ ਚਾਹੁੰਦੇ ਹੋ, ਕੋਈ ਫੀਸ ਨਹੀਂ ਰੱਖੇਗੀ। ਤੁਸੀਂ ਕਿਸੇ ਵੀ ਟਾਈਮ 10 ਵਜੇ ਤੋਂ ਲੈ ਕੇ ਸ਼ਾਮੀ 6 ਵਜੇ ਤੱਕ ਅਪੁਆਇੰਟਮੈਂਟ ਲੈ ਕੇ ਮਿਲ ਸਕਦੇ ਹੋ। ਇਸ ਤੋਂ ਇਲਾਵਾ ਸਾਡਾ 15 April ਤੋਂ ਮੈਲਬਰਨ ਆਫਿਸ ਓਪਰੇਸ਼ਨ ਵਿੱਚ ਹੋ ਰਿਹਾ, ਨੀਚੇ ਨੰਬਰ ਚੱਲ ਰਿਹਾ 00601 ਵਾਲਾ ਨੰਬਰ ਆਸਟ੍ਰੇਲੀਆ ਦਾ, ਤਾਂ ਤੁਸੀਂ ਉਸ ਨੰਬਰ 'ਤੇ ਕਾਲ ਕਰਕੇ ਅਪੁਆਇੰਟਮੈਂਟ ਲੈ ਕੇ ਆਸਟ੍ਰੇਲੀਆ ਵਿੱਚ ਤੁਸੀਂ ਅੱਗੇ ਵੀਜ਼ਾ ਐਕਸਟੈਂਡ ਕਰਾਉਣਾ ਚਾਹੁੰਦੇ ਹੋ, ਤੁਸੀਂ ਆਪਣੀ ਵਾਈਫ ਨੂੰ, ਸਪਾਊਸ ਨੂੰ ਬੁਲਾਉਣਾ ਚਾਹੁੰਦੇ ਹੋ, ਆਪਣੇ ਪੇਰੈਂਟਸ ਨੂੰ ਵਿਜ਼ਟਰ ਵੀਜ਼ਾ ਬੁਲਾਉਣਾ ਚਾਹੁੰਦੇ ਹੋ, ਜਾਂ ਤੁਸੀਂ ਅੱਗੇ ਆਪਣਾ ਵਰਕ ਪਰਮਿਟ ਜਾਂ PR ਅਪਲਾਈ ਕਰਨਾ ਚਾਹੁੰਦੇ ਹੋ, ਸੋ ਕਿਸੇ ਵੀ ਤਰ੍ਹਾਂ ਦੀਆਂ ਆਸਟ੍ਰੇਲੀਆ ਦੇ ਵਿੱਚ ਇਮੀਗ੍ਰੇਸ਼ਨ ਸੇਵਾਵਾਂ ਸੰਬੰਧਿਤ ਮੇਰਾ ਮੈਲਬਰਨ ਆਫਿਸ ਦਾ ਨੰਬਰ ਨੀਚੇ ਡਿਸਪਲੇ ਹੋ ਰਿਹਾ, ਉਹਨਾਂ ਨੂੰ ਮਿਲਿਆ ਜਾ ਸਕਦਾ। ਉਸ ਤੋਂ ਬਾਅਦ ਮੰਡੇ ਵਾਲੇ ਦਿਨ ਹਮੇਸ਼ਾ 4 ਵਜੇ ਤੋਂ ਲੈ ਕੇ ਸ਼ਾਮੀ 5 ਵਜੇ ਤੱਕ ਮੈਂ ਲਾਈਵ ਰਹਿਣਾ, ਤੁਸੀਂ ਮੇਰੇ ਨਾਲ ਸਿੱਧੇ ਤੌਰ 'ਤੇ ਜੁੜ ਕੇ, ਕਿਉਂਕਿ ਅੱਜ ਫੇਸਬੁੱਕ 'ਤੇ ਲਗਭਗ 8,30,000 27,000 ਦੇਖਿਆ ਸੀ ਮੈਂ,
ਅਪਡੇਟ ਰਹਿੰਦੇ ਨੇ। ਤੋ ਤੁਸੀਂ ਆਪਣੇ ਆਪ ਨੂੰ ਹਰ ਇੱਕ ਤਰ੍ਹਾਂ ਦੇ ਰੂਲ ਸੰਬੰਧਿਤ ਅਪਡੇਟ ਰੱਖਣਾ ਚਾਹੁੰਦੇ ਹੋ, ਸਾਡੇ ਫੇਸਬੁੱਕ ਪੇਜ ਨੂੰ ਲਾਈਕ ਕਰੋ RS ਗਲੋਬਲ ਕਮਿਊਨੀਕੇਸ਼ਨ। ਯੂਟਿਊਬ ਚੈਨਲ ਦੇ ਉੱਤੇ ਸਾਡੀ ਸਾਰੀਆਂ ਵੀਡੀਓਜ਼ ਅਪਲੋਡ ਨੇ ਜੋ ਅਸੀਂ ਪੁਰਾਣੇ ਸ਼ੋਜ਼ ਕੀਤੇ ਨੇ, ਚਾਹੇ ਉਹ ਜਪਾਨ ਬਾਰੇ ਬੋਲਿਆ ਗਿਆ, ਚਾਹੇ ਉਹ ਸਿੰਗਾਪੁਰ ਬਾਰੇ, ਚਾਹੇ ਆਸਟ੍ਰੇਲੀਆ ਦੇ ਬਦਲੇ ਕਾਨੂੰਨਾਂ ਬਾਰੇ, ਚਾਹੇ ਉਹ ਕੈਨੇਡਾ ਦੇ ਜਿਹੜੇ ਨਵੇਂ ਕਾਨੂੰਨ ਬਦਲ ਰਹੇ ਨੇ ਉਹਨਾਂ ਬਾਰੇ, ਉਹਨਾਂ ਸਾਰੀਆਂ ਵੀਡੀਓ ਦੇ ਸੰਬੰਧਿਤ ਆਪਣੇ ਆਪ ਨੂੰ ਐਜੂਕੇਟ ਕਰਨਾ ਚਾਹੁੰਦੇ ਹੋ, ਅਪਡੇਟ ਰੱਖਣਾ ਚਾਹੁੰਦੇ ਹੋ, ਕਿਉਂਕਿ ਮੋਬਾਈਲ ਜੇ ਰੱਖਿਆ ਕੋਲ ਤਾਂ ਮੋਬਾਈਲ ਨੂੰ ਅਪਡੇਟ ਕਰਨਾ ਜ਼ਰੂਰੀ ਹੈ। ਇਸ ਤਰ੍ਹਾਂ ਦਿਮਾਗ ਨੂੰ ਆਪਣੇ ਆਪ ਨੂੰ ਵੀ ਅਪਡੇਟ ਕਰਨਾ ਜ਼ਰੂਰੀ ਹੈ, ਕਿਉਂਕਿ ਅੱਜ ਦੀ ਡੇਟ 'ਚ ਜੋ ਸਮੇਂ ਦੇ ਨਾਲ ਨਹੀਂ ਚੱਲਦਾ ਬੰਦਾ ਪਿੱਛੇ ਰਹਿ ਜਾਂਦਾ। ਸੋ ਅਪਡੇਟ ਕਰਨਾ ਚਾਹੁੰਦੇ ਆਪਣੇ ਆਪ ਨੂੰ RS ਗਲੋਬਲ ਕਮਿਊਨੀਕੇਸ਼ਨ ਦਾ ਜੋ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤਾਂ ਕਿ ਤੁਹਾਨੂੰ ਹਰ ਤਰ੍ਹਾਂ ਦੇ ਵੀਜ਼ੇ ਸੰਬੰਧੀ ਜਾਣਕਾਰੀ ਦਿੱਤੀ ਜਾ ਸਕੇ। ਚਲੋ ਵਕਤ ਦੀ ਥੋੜ੍ਹੀ ਜਿਹੀ ਕਮੀ ਹੈ ਰਾਜ ਸਾਹਿਬ, ਅਗਲੇ ਹਫ਼ਤੇ ਫਿਰ ਮੁਲਾਕਾਤ ਹੋਏਗੀ। ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਥੈਂਕ ਯੂ।